ਵਾਲੇਕਮ ਜੀ ਸਾਰੇ ਮੁਸਲਮਾਨ ਭਰਾਵੋ ਅਤੇ ਪੰਜਾਬੀਓ, ਅਸੀਂ ਅੱਜ ਜਨਾਬ ਆਏ ਹੋਏ ਹਾਂ ਜੀ ਕਪਾਹ ਦਾ ਜਿਹੜਾ ਬੀਜ ਆ ਉਹ ਕਿਵੇਂ ਤਿਆਰ ਹੁੰਦਾ, ਉਹਨੂੰ ਤੇਜ਼ਾਬ ਦੇ ਵਿੱਚ ਕਿਵੇਂ ਉਹਨੂੰ ਇਸਤੇਮਾਲ ਕਰਕੇ ਤੇਜ਼ਾਬ ਨੂੰ ਅਤੇ ਉਹਨੂੰ ਬੀਜ ਨੂੰ ਲਵਾਈ ਦੇ ਕਾਬਲ ਕਿੱਦਾਂ ਬਣਾਇਆ ਜਾਂਦਾ, ਇਹ ਸਾਰੇ ਕਿਸਾਨ ਭਰਾਵਾਂ ਨੂੰ ਅਸੀਂ ਦੱਸਾਂਗੇ, ਕਿਉਂਕਿ ਕਪਾਹ ਦੀ ਅਰਲੀ ਕਾਸ਼ਤ ਜਿਹੜੀ ਫਰਵਰੀ ਕਾਸ਼ਤ ਆ ਉਹ ਸ਼ੁਰੂ ਹੋ ਚੁੱਕੀ ਹੈ। ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਇਹ ਵੀ ਤਰੀਕਾ ਦੱਸਣ ਵਾਸਤੇ ਇੱਥੇ ਆਏ ਹਾਂ। ਇਹ ਉਸ ਬੰਦੇ ਕੋਲ ਆਇਆ ਜਿਹੜੇ ਅਰਸਾ 30 ਸਾਲ ਤੋਂ ਇਹ ਕੰਮ ਕਪਾਹ ਦਾ ਕੰਮ ਕਰ ਰਹੇ ਨੇ ਸਰਕਾਰ। ਜਨਾਬ ਅਫਜ਼ਲ ਸਾਹਿਬ ਅਰਾਈ ਸਾਹਿਬ ਸਾਡੇ ਨਾਲ ਮੌਜੂਦ ਆ, ਜਨਾਬ ਅਲ ਮਸ਼ਹੂਰ ਦਾਦਾ ਸਾਹਿਬ। ਦਾਦਾ ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ ਆ? ਅੱਲਾ ਦੀ ਰਹਿਮਤ ਨਾਲ ਠੀਕ ਹੋ? ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਇਹ ਕਪਾਹ ਦਾ ਬੀਜ ਤਿਆਰ ਕਰ ਰਹੇ ਹੋ? ਹਾਂਜੀ ਹਾਂਜੀ, ਇਹ ਕਪਾਹ ਦਾ ਬੀਜ ਬਣਾ ਰਹੇ ਹਾਂ ਜੀ। ਇੱਕ ਨਵੀਂ ਆਲਾ ਵਰਾਇਟੀ ਆਈ ਆ ਜੀ। ਅੱਛਾ, ਚੌਰੀ ਅਫਤਾਬ ਦਾ ਅਰਮ ਹੈ, ਉਹਨਾਂ ਦਾ ਬੀਜ ਅਸੀਂ ਬਣਾ ਰਹੇ ਹਾਂ ਅਤੇ ਜਦੀਦ ਵਰਾਇਟੀ ਆ, ਇਨਸ਼ਾਅੱਲਾ ਇਹਦੀ ਕਾਸ਼ਤ ਹੋਵੇ ਜੀ ਸੁਬਾਹ। ਅਤੇ ਅੱਛਾ, ਇਸਤੇਮਾਲ ਬਾਹਰ ਕਿੰਨਾ ਕੁ ਬੋਰ ਰੱਖਦੇ ਹੋ? ਹਲਕਾ ਜਿਹਾ ਰੱਖਦੇ ਹਾਂ, ਉੱਥੇ ਗੁੱਲੀ ਨੂੰ ਜ਼ਿਆਦਾ ਸੇਕ ਨਾ ਆਵੇ। ਅੱਛਾ, ਇਹ ਬੜੀ ਅੱਛੀ ਵਰਾਇਟੀ ਹੈ, 90% ਇਹਦੀ ਹੈ ਜਮਨ ਦੀ ਜਰਮੀਨੇਸ਼ਨ, ਜਿਸ ਕੰਪਨੀ ਨੇ ਤਿਆਰ ਕੀਤਾ, ਬਹੁਤ ਅੱਛੀ ਚੀਜ਼ ਹੈ। ਬਾਹਰੋਂ ਮੰਗਵਾਇਆ ਹੈ ਬੀਜ? ਬਾਹਰੋਂ ਆਇਆ ਇਸ ਸਾਲ ਮੰਗਵਾਇਆ। ਇਨਸ਼ਾਅੱਲਾ ਇਹ ਬੀਜ ਬਣੇਗਾ, ਫਿਰ ਅੱਗੇ ਵਿਕੇਗਾ, ਲੋਕ ਲੈਣਗੇ ਇਹਦਾ ਪੌਦਾ ਦੇਖ ਕੇ। ਇਹ ਸਾਡੇ ਦੋਸਤ ਹੈ ਬਾਪ ਜਿਹੜੇ ਆਸਟ੍ਰੇਲੀਆ ਦੇ ਵਿੱਚ ਮੌਜੂਦ ਆ, ਉਹਨਾਂ ਤੋਂ ਮਸ਼ਵਰਾ ਕਰਕੇ ਬੀਜ ਥੋੜ੍ਹਾ ਥੋੜ੍ਹਾ ਕਰਕੇ ਸਾਡੇ ਕੋਲ ਪਹੁੰਚਿਆ, ਸਿਰਫ 3 ਤੋਂ 4 ਏਕੜ ਦਾ। ਹਾਂਜੀ ਹਾਂਜੀ ਹਾਂਜੀ, ਅਤੇ ਇਨਸ਼ਾਅੱਲਾ ਅਰਬੀ ਕਾਸ਼ਵੇ 'ਤੇ ਆਪਾਂ ਲਾਵਾਂਗੇ। ਬਹੁਤ ਅੱਛੀ ਚੀਜ਼। ਅਤੇ ਤੁਹਾਨੂੰ ਤਾਂ ਸੱਦਿਆ ਵਾ ਵੀ ਇਹਨੂੰ ਤਿਆਰ ਇਵੇਂ ਕਰਨਾ ਵਾ। ਹਾਂਜੀ, ਅਤੇ ਇਹਦਾ ਬੋਰ ਅੱਧਾ ਉੱਤੇ ਹੀ ਰਵੇ ਇਨਸ਼ਾਅੱਲਾ ਜੀ, ਅੱਧਾ ਰਹੇਗਾ ਇਨਸ਼ਾਅੱਲਾ। ਅਸੀਂ ਪਹਿਲੇ ਤਿਆਰ ਕੀਤਾ, ਉਹ ਤਿਆਰ ਹੋਇਆ ਪਿਆ। ਕਿੰਨੀ ਦੇਰ ਤੋਂ ਤਿਆਰ ਕਰ ਰਹੇ ਹੋ? ਇਹ ਤਕਰੀਬਨ 30 ਸਾਲ ਨੂੰ ਕੰਮ ਕਰਦੇ ਹਾਂ ਜੀ ਅਸੀਂ। ਤਾਂ ਹੀ ਤੁਹਾਨੂੰ ਸੱਦਿਆ ਵੀ, 30 ਸਾਲ ਦਾ ਤੁਹਾਡਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ। ਹਾਂਜੀ, ਹਰ ਕਾਸ਼ ਸਾਡਾ ਦੋਸਤ ਆ, ਭਾਈ ਨੇ ਸਾਡੇ ਕੋਲ ਕੰਮ ਕਰਾਉਂਦੇ ਨੇ। ਇਸ ਦਫ਼ਾ ਇੱਥੇ ਪੰਜਾਬ ਦੇ ਵਿੱਚ ਵੀ ਕਾਸ਼ ਅਰਲੀ ਕਾਸ਼ਤ ਕਪਾਹ ਦੀ ਹੋ ਰਹੀ ਹੈ? ਨਰਮਾ ਬੜੀ ਅਰਲੀ ਕਾਸ਼ਤ ਹੈ ਜੀ, ਬਹੁਤ ਅਰਲੀ ਕਾਸ਼ਤ, ਬੀਜ ਨਵੇਂ ਨਵੇਂ ਲੱਗ ਰਹੇ ਨੇ ਅਤੇ ਚੌਰੀਆਂ ਨੇ ਬਾਹਰੋਂ ਮੰਗਵਾਇਆ। ਇਹ ਅੱਛੀ ਚੀਜ਼ ਹੈ, ਬਹੁਤ ਅੱਛੀ ਚੀਜ਼। ਇਹ ਤਾਂ ਹੁਣ ਜਦੋਂ ਕਾਸ਼ਤ ਕਰਾਂਗੇ ਉਹ ਤੋਂ ਬਾਅਦ ਇਹਦਾ ਪਤਾ ਚੱਲੇਗਾ ਇਨਸ਼ਾਅੱਲਾ ਜੀ। ਜੰਮੇਗਾ, ਜ਼ਰੂਰ ਜੰਮੇਗਾ ਜੀ, ਬੜੀ ਜਰਮੀਨੇਸ਼ਨ ਹੈ, ਨਜ਼ਰ ਆ ਰਿਹਾ, ਬਹੁਤ ਅੱਛਾ ਹੈ। ਇਹ ਹੁਣ ਜਿਹੜਾ ਪਹਿਲਾ ਸਟੈਪ ਆ ਤੁਸੀਂ ਇਹ ਵਿੱਚ ਪਾਇਆ ਹੈ ਪੰਜਾਬ 'ਤੇ, ਇਹ ਤੋਂ ਬਾਅਦ ਅਗਲਾ ਸਟੈਪ ਆ, ਉਹ ਕਿਹੜਾ ਸਟੈਪ ਆ? ਇਹਨੂੰ ਧੋਵੋਗੇ? ਹਾਂਜੀ, ਇਹਨੂੰ ਛਾਣਨੇ 'ਚ ਪਾਵਾਂਗੇ ਜੀ, ਧੋਵੋਗੇ ਨਾ ਜੀ। ਅੱਛਾ, ਫਿਰ ਇਹਨੂੰ ਖੁਸ਼ ਕਰਾਂਗੇ। ਅੱਛਾ, ਖੁਸ਼ ਹੋ ਜਾਏਗਾ, ਫਿਰ ਇਹ ਸਾਫ਼ ਕਰਾਂਗੇ, ਸਾਫ਼ ਕਰਕੇ ਇਹਨੂੰ ਦਵਾਈ ਲੱਗੇਗੀ ਅਤੇ ਫਿਰ ਇਹਦਾ ਚੋਪਾ ਕਰਾਵਾਂਗੇ ਪਰਸੋਂ ਇਨਸ਼ਾਅੱਲਾ। ਮਾਈਆਂ ਤੋਂ ਬੀਬੀਆਂ ਤੋਂ ਮਾਈਆਂ ਬੀਬੀਆਂ ਨੇ ਚੋਪਾ ਲਾਉਣਾ ਇਹਦਾ, ਦੋ 3-3 ਦਾਣੇ ਦੇ ਲਾਉਣੇ ਇਨਸ਼ਾਅੱਲਾ। ਇਹ ਜੰਮ ਜਾਣਾ 5-6 ਦਿਨ। ਇਹ ਪਹਿਲੀ ਦਫ਼ਾ ਬੀਜ ਇੱਥੇ ਆਇਆ ਵਾ ਆਪਣੇ ਪਾਕਿਸਤਾਨ ਪੰਜਾਬ ਦੇ ਵਿੱਚ, ਅਤੇ ਇਹ ਦੇਖਣ 'ਚ ਕਿਵੇਂ ਮਲੂਮ ਹੋ ਰਿਹਾ? ਬਹੁਤ ਅੱਛਾ ਮਲੂਮ ਹੋ ਰਿਹਾ ਜੀ, ਹਰ ਦਾਣਾ ਇਹਦਾ ਬਿਹਤਰੀਨ ਹੈ, ਕਿਉਂਕਿ ਤੁਸੀਂ ਤਾਂ ਅੱਗੇ ਵੀ ਧੋਂਦੇ ਰਹਿੰਦੇ ਹੋ, ਤੁਹਾਨੂੰ ਤਾਂ ਪਤਾ ਹੈ। ਬੜਾ ਰਿਜ਼ਲਟ ਹੈ ਇਹਦਾ, ਬਹੁਤ ਅੱਛੀ ਚੀਜ਼ ਹੈ, ਅਤੇ ਜਿਹਨੇ ਬਣਾਇਆ ਉਹਨੇ ਬਹੁਤ ਅੱਛਾ ਬਣਾਇਆ, ਅਤੇ ਰੂਹ ਕੰਮ ਹੈ ਇਹਦੇ, ਪੇਰੇ ਜ਼ਿਆਦਾ ਨੇ ਬੋਰੀ ਦੇ, ਰੂਹ ਕੰਮ ਆ, ਜਰਮੀਨੇਸ਼ਨ ਬਹੁਤ ਅੱਛੀ ਹੈ। ਹਾਂਜੀ, ਬਿਹਤਰ ਆਏਗੀ ਇਨਸ਼ਾਅੱਲਾ ਬਹੁਤ। ਉਹਨਾਂ ਨੇ ਤਾਂ ਦੱਸਿਆ ਵਾ ਇਹਦੀ 92-95% ਜਰਮੀਨੇਸ਼ਨ ਹੋਏਗੀ, ਬਿਲਕੁਲ ਅਰਬੀ ਕਾਸ਼ ਦੇ ਵਿੱਚ ਬਿਲਕੁਲ ਆਏਗਾ 95%। ਅਤੇ ਇਹ ਆਪਾਂ ਇਨਸ਼ਾਅੱਲਾ ਸੀਡ ਵਿੱਚ ਵੇਚਾਂਗੇ ਅੱਗੇ, ਬਿਲਕੁਲ ਇਨਸ਼ਾਅੱਲਾ ਕਾਮਯਾਬੀ ਹਾਸਲ ਹੋਏਗੀ ਇਨਸ਼ਾਅੱਲਾ ਜੀ, ਬਹੁਤ ਅੱਛੀ। ਇਹ ਕਿੰਨੀ ਦੇਰ ਤੱਕ ਇਹਨੂੰ ਪੰਜਾਬ ਦੇ ਵਿੱਚ? ਇਹ ਬਸ 5-1 ਮਿੰਟ ਲੱਗਦੇ ਆ, ਤਿਆਰ ਆ ਜੀ। ਅੱਛਾ, ਹਾਂਜੀ, ਇਹ ਜ਼ਿਆਦਾ ਟਾਈਮ ਅਸੀਂ ਨਹੀਂ ਦਿੰਦੇ, ਕਿਉਂਕਿ ਜ਼ਿਆਦਾ ਟਾਈਮ ਦਈਏ ਫਿਰ ਬੀਜ ਜਮਾ ਘੱਟ ਕਰ ਜਾਂਦਾ ਇਹਦਾ, ਜ਼ਿਆਦਾ ਤੇਜ਼ਾਬ ਲੱਗ ਗਿਆ, ਜ਼ਿਆਦਾ ਤੇਜ਼ਾਬ ਅਸੀਂ ਨਹੀਂ ਲਾਉਂਦੇ ਇਹਨੂੰ, ਕਿਉਂਕਿ ਜੰਮੇ ਵੀ ਸਹੀ, ਫਿਰ ਇਸ ਵਾਸਤੇ ਪੂਰਾ ਪੂਰਾ ਕੈਮੀਕਲ ਲਾਈਦਾ ਅਤੇ ਅੱਲਾ ਪਾਕ ਬਖਸ਼ਣਾ ਤਾ ਸਰ। ਦੇਖ ਸਕਦੇ ਸਾਡੇ ਕਿਸਾਨ ਭਰਾ ਇਹ ਜਿਹੜਾ ਬੀਜ ਹੈ ਇਹ ਕਪਾਹ ਦਾ ਤੇਜ਼ਾਬ ਦੇ ਨਾਲ ਕਿਸ ਤਰ੍ਹਾਂ ਤਿਆਰ ਹੁੰਦਾ। ਤੇਜ਼ਾਬ ਲੱਗਿਆ ਹੋਇਆ ਲਾਈ ਜਾ ਰਹੇ ਨੇ ਮਸ਼ੀਨ ਨੂੰ, ਇਹਨੂੰ ਹੁਣ ਵਾਸ਼ ਕਰੋਗੇ ਪਾਣੀ ਦੇ ਨਾਲ? ਵਾਸ਼ ਕਰਾਂਗੇ ਜੀ, ਇਨਸ਼ਾਅੱਲਾ ਬਹੁਤ ਅੱਛਾ। ਇਹ ਹੁਣ ਪਾਣੀ ਦੇ ਨਾਲ ਇਹਨੂੰ ਵਾਸ਼ ਕੀਤਾ ਜਾਏਗਾ, ਤੇਜ਼ਾਬ ਤੋਂ ਬਾਅਦ ਜਿਹੜਾ ਕੈਮੀਕਲ ਹੈ ਲੱਥ ਜਾਏਗਾ। ਚਲੋ
ਇਹ ਪਾਣੀ ਦਾ ਜਿਹੜਾ ਪੈਪ ਉਹ ਚੱਲ ਰਿਹਾ। ਬੀਜ ਛਾਣਨੇ ਦੇ ਵਿੱਚ ਕੱਢ ਲਿਆ ਅਤੇ ਇਹਨੂੰ ਹੁਣ ਵਾਸ਼ ਕੀਤਾ ਜਾਏਗਾ। ਇਹ ਤੋਂ ਬਾਅਦ ਇਹ ਕਿੰਨੀ ਕੁ ਦੇਰ ਧੋਤਾ ਧੋਣਾ ਪਏਗਾ ਦਾਦਾ ਸਾਹਿਬ? ਹਾਂਜੀ ਇਹ ਜੀ ਲੱਗਣਗੇ 15-20 ਮਿੰਟ ਸਾਫ਼ ਹੋ ਜਾਏਗਾ ਜੀ। ਚੱਲ ਪਿੱਛੇ ਕਰੋ ਜੀ, ਜਾਣ ਦਿਓ ਗੱਡੀ। ਇਹ 15-20 ਮਿੰਟ ਸਾਫ਼ ਹੋ ਜਾਏਗਾ ਜੀ ਪੂਰੀ ਪਾਣੀ। 15-20 ਮਿੰਟ ਨੂੰ ਧੋਤਾ ਜਾਏਗਾ ਪਾਣੀ ਦੇ ਨਾਲ, ਬਿਲਕੁਲ ਗੈਸ ਹੋ ਜਾਏਗਾ ਜੀ। ਅਤੇ ਇਹ ਤੋਂ ਬਾਅਦ ਫਿਰ ਉਹ ਧੁੱਪੇ ਪਾ ਦਿਓ, ਖੁਸ਼ ਕਰਾਂਗੇ ਇਹਨੂੰ, ਬਸ ਖੁਸ਼ ਹੋ ਜਾਏਗਾ, ਕੱਲ੍ਹ ਲੱਗ ਜਾਏਗਾ ਇਨਸ਼ਾਅੱਲਾ। ਖੁਸ਼ ਜਿਹੜਾ ਵਾ ਉਹ ਧੁੱਪੇ ਕਿੰਨੀ ਦੇਰ ਰੱਖਣਾ ਪਏਗਾ? ਇਹ ਤਕਰੀਬਨ 2-3 ਘੰਟੇ ਬਸ। ਕੁਛ ਉਹ ਲਵਾਈ ਦੇ ਕੱਲ੍ਹ ਨੂੰ ਕਾਬਲ ਹੋ ਜਾਏਗਾ। ਹਾਂਜੀ ਹਾਂਜੀ ਹਾਂਜੀ, ਫਿਰ ਸਹੀ ਇਹਦਾ ਟੈਂਪਰੇਚਰ ਆ ਜਾਂਦਾ। ਅੱਜ ਗਰਮੀ ਹੈ ਜ਼ਿਆਦਾ, ਇਹ ਜਲਦੀ ਸੁੱਕ ਜਾਏਗਾ ਇਨਸ਼ਾਅੱਲਾ। ਅੱਜ ਫਰਵਰੀ ਦੀ 14 ਤਰੀਕ ਹੋ ਗਈ ਦੂਸਰੇ ਮਹੀਨੇ ਦੀ 2024। ਹਾਂਜੀ, ਅਤੇ ਇਨਸ਼ਾਅੱਲਾ ਕੱਲ੍ਹ ਜਾਂ ਪਰਸੋਂ ਇਹ ਲੱਗ ਜਾਏਗਾ। ਹਾਂਜੀ ਇਨਸ਼ਾਅੱਲਾ। ਇਹ ਹਾਲਤ ਹੋ ਗਈ ਜੀ, ਇਸ ਤਰ੍ਹਾਂ ਇਹਨੂੰ ਸਾਫ਼ ਕੀਤਾ ਜਾਂਦਾ ਹੈ। ਦਾਦਾ ਸਾਹਿਬ ਸਾਡੇ ਨਾਲ ਮੌਜੂਦ, ਜਿਹੜਾ ਅਰਸਾ ਤੋਂ ਅਰਸਾ ਦਰਾਜ਼ ਤੋਂ ਕੰਮ ਆ ਜੀ ਇਹ ਬੀਜ ਧੋਣ ਦਾ। ਅਫਜ਼ਲ ਅਰਾਈ ਦਾਦਾ ਦੇ ਨਾਂ ਤੋਂ ਮਸ਼ਹੂਰ ਹੈ। ਦਾਦਾ ਆਪ ਵੀ ਕਾਸ਼ ਕਰਦੇ ਹੋ? ਹਾਂਜੀ ਮੈਂ ਆਪ ਵੀ ਲਾ ਰਿਹਾ ਜੀ। ਬੀਜ ਵੀ ਧੋਂਦੇ ਹੋ? ਕਾਸ਼ ਵੀ 5 ਏਕੜ ਕਪਾਹ ਲਾ ਰਹੇ ਹਾਂ ਅਰਲੀ ਜੀ। ਉਹ ਕਿਹੜਾ ਬੀਜ ਲਾ ਰਹੇ? ਹਾਂਜੀ ਮੈਂ ਲਾ ਰਿਹਾ ਜੀ ਪ੍ਰਦੇਸ਼ ਦੀ ਵੈਰਾਈਟੀ 2015। ਅੱਛਾ ਹਾਂਜੀ, ਉਹ ਵੀ ਨਵੀਂ ਆਈ ਹੈ? ਹਾਂਜੀ ਨਵੀਂ ਆਈ ਹੈ, ਬਹੁਤ ਅੱਛੀ ਵੈਰਾਈਟੀ ਹੈ, ਛੋਟਾ ਪੱਤਾ ਉਹਦਾ। ਅੱਛਾ, ਬੜੀ ਅੱਛੀ ਚੀਜ਼ ਹੈ, ਅਸੀਂ ਉਹ ਲਾ ਰਹੇ। ਬਹੁਤ ਸ਼ੁਕਰੀਆ ਜੀ ਸਾਡੇ ਨਾਲ ਅਫਜ਼ਲ ਦਾਦਾ ਸਾਹਿਬ ਮੌਜੂਦ ਸੀਗੇ, ਜਿਹੜੇ ਬੀਜ ਨਰਮੇ ਦਾ ਬੀਜ ਧੋਣਾ ਇਹਦੇ ਤਰੀਕੇ ਪੂਰਾ ਅੱਜ ਅਸੀਂ ਆਪਦੇ ਕਿਸਾਨ ਭਰਾਵਾਂ ਨੂੰ ਪੂਰਾ ਡਿਟੇਲ ਦੇ ਨਾਲ ਦੱਸਿਆ ਵੀ ਇਹ ਕਿਵੇਂ ਧੋਤਾ ਜਾਂਦਾ। ਅਤੇ ਸਾਡੇ ਜਿੰਨੇ ਵੀ ਪੰਜਾਬੀ ਭਰਾ ਜਿਹੜੇ ਸਾਨੂੰ ਦੇਖਦੇ ਨੇ ਜਿੱਥੇ ਵੀ ਆਬਾਦ ਨੇ, ਪਾਕਿਸਤਾਨ, ਇੰਡੀਆ 'ਚ, ਗੈਰ ਮੁਲਕਾਂ 'ਚ, ਯੂਰਪ 'ਚ, ਕੈਨੇਡਾ 'ਚ, ਆਸਟ੍ਰੇਲੀਆ 'ਚ, ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਗਰ ਕਿਸੇ ਵੀ ਕਿਸਮ ਦੇ ਵਾਈ ਦੇ ਐਗਰੀਕਲਚਰ ਦੇ ਮੁਤਾਲਕ ਕਿਸੇ ਵੀ ਕਿਸਮ ਦੀ ਮਾਲੂਮਾਤ ਉਹਨਾਂ ਨੂੰ ਚਾਹੀਦੀ ਹੈ ਸਬਜ਼ੀਆਂ ਬਾਰੇ, ਟਰਨ ਫਾਰਮਿੰਗ, ਓਪਨ ਐਗਰੀਕਲਚਰ ਵਾਸਤੇ, ਤਾਂ ਸਾਡੇ ਨਾਲ ਕਮੈਂਟਸ ਦੇ ਵਿੱਚ ਰਾਬਤਾ ਕਰ ਸਕਦਾ। ਚਲੋ ਜੀ ਫਿਰ।